ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਮੌਜੂਦ ਹਾਂ ਸਾਊਥ ਕੋਰੀਆ ਦੇ ਵਿੱਚ, ਦੁਨੀਆ ਦੀ ਸਭ ਤੋਂ ਸੋਹਣੀ ਥਾਂ ਦੇ ਵਿੱਚ। ਦੁਨੀਆ ਦੀ ਸਭ ਤੋਂ ਸੋਹਣੀ ਥਾਂ ਕਿਉਂ ਗਿਆ? ਕਿਉਂਕਿ ਜਿਹੜੀ ਮੇਰੇ ਪਿੱਛੇ ਆ, ਮੈਂ ਇੱਕ ਲਾਇਬ੍ਰੇਰੀ ਦੇ ਵਿੱਚ ਖੜ੍ਹਾ, ਇੱਕ ਮਾਲ ਦੇ ਵਿੱਚ ਖੜ੍ਹਾ, ਠੀਕ ਹੈ। ਉਹ ਮਾਲ ਜਿਹਦੀਆਂ ਦੋ ਮੰਜ਼ਿਲਾਂ 'ਤੇ ਲਾਇਬ੍ਰੇਰੀ ਸਥਿਤ ਹੈ। ਦੁਨੀਆ ਦੇ ਵਿੱਚ ਯਾਰ ਕਿੰਨਾ ਮਰਜ਼ੀ ਘੁੰਮ ਲਓ, ਠੀਕ ਹੈ, ਅੱਜ ਪਰ ਮੈਂ ਸੁਣਾ ਬਿਨਾਂ ਕਿਤਾਬਾਂ ਤੋਂ ਕਿਤੇ ਤਰੱਕੀ ਨਹੀਂ, ਠੀਕ ਹੈ। ਤੁਸੀਂ ਇਹ ਦੇਖ ਲਓ, ਸਾਹਮਣੇ ਜਿੰਨਾ ਬਣਿਆ ਵਾ, ਥੱਲੇ ਤੋਂ ਲੈ ਕੇ ਪਹਿਲੀ ਮੰਜ਼ਿਲ ਤੱਕ ਪੂਰੀ ਦੀ ਪੂਰੀ ਅਲਮੀਰਾ ਬਣੀ ਹੋਈ ਹੈ। ਇੱਧਰ ਸੱਜੇ ਇੱਧਰਲੇ ਪਾਸੇ ਦੇਖ ਲਓ, ਪੂਰੀ ਅਲਮੀਰਾ ਪੂਰੇ ਦਾ ਪੂਰਾ, ਠੀਕ ਹੈ। ਅਤੇ ਇੱਧਰਲੇ ਪਾਸੇ ਦੇਖ ਇਹ ਵੀ ਅਲਮੀਰਾ, ਸਾਹਮਣੇ ਤੁਸੀਂ ਥੱਲੇ ਜੇ ਦਿਖਾਵਾਂ ਤੁਹਾਨੂੰ, ਇਹਨਾਂ ਨੇ ਬਿਲਕੁਲ ਸਾਰੀਆਂ ਚੀਜ਼ਾਂ ਬਣਾਈਆਂ, ਵਿਚਾਲੇ ਦਰਖਤ ਬਣਾਇਆ, ਠੀਕ ਹੈ। ਲਾਇਬ੍ਰੇਰੀ ਦੇ ਵਿੱਚ ਹੀ ਲਿਫਟਾਂ ਲੱਗੀਆਂ ਉੱਪਰ ਨੀਚੇ ਜਾਣ ਨੂੰ, ਠੀਕ ਹੈ। ਲਾਇਬ੍ਰੇਰੀ ਦੇ ਵਿੱਚ ਹੀ ਸਾਹਮਣੇ ਉਹ ਏਰੀਆ ਜਿੱਥੇ ਬਹਿ ਕੇ ਤੁਸੀਂ ਪੜ੍ਹ ਸਕਦੇ ਹੋ, ਫੋਟੋਆਂ ਖਿੱਚ ਸਕਦੇ ਹੋ, ਠੀਕ ਹੈ। ਉਹ ਤੋਂ ਬਿਨਾਂ ਜਿਵੇਂ ਉੱਪਰ ਦਿਖਾਵਾਂ ਤਾਂ ਆਹ ਜਿਹੜਾ ਏਰੀਆ ਹੈਗਾ, ਠੀਕ ਹੈ, ਤਾਂ ਉੱਪਰ ਲਾਈਟਾਂ ਦਾ ਚਾਨਣ ਲੱਗਿਆ ਹੋਇਆ, ਠੀਕ ਆ, ਵੀ ਤੁਸੀਂ ਆਪਦਾ ਕੰਮ ਕਰ ਸਕਦੇ ਹੋ, ਠੀਕ ਆ। ਆਹ ਸਾਰਾ ਸਿਸਟਮ ਯਾਰ ਇੰਨਾ ਕੁ ਇਹਦੇ 'ਚ ਕੰਮ ਵਧੀਆ, ਠੀਕ ਹੈ। ਵਿੱਚ ਹੀ ਤੁਹਾਡੇ ਕੋਲ ਇਹਦੇ ਵਿੱਚ ਹੀ ਆਪਾਂ ਅੱਗੇ ਰੈਸਟੋਰੈਂਟ ਬਣੇ ਹੋਏ, ਜਿਵੇਂ ਬਿੱਲੀ ਐਂਗਲ ਕੇ ਕੰਪਨੀ ਆ, ਹੈ ਨਾ, ਇੱਧਰਲੇ ਪਾਸੇ ਮੇਰੇ ਸੱਜੇ ਹੱਥ, ਵਿੱਚੇ ਤੁਸੀਂ ਚਾਹ ਪਾਣੀ ਪੀ ਸਕਦੇ ਹੋ, ਵਿੱਚੇ ਤੁਸੀਂ ਇੰਜੋਏ ਕਰ ਸਕਦੇ ਹੋ, ਵਿੱਚੇ ਤੁਸੀਂ ਪੜ੍ਹ ਸਕਦੇ ਹੋ, ਵਿੱਚੇ ਤੁਸੀਂ ਕਿਤਾਬਾਂ ਇਸ਼ੂ ਕਰਾ ਸਕਦੇ ਹੋ, ਠੀਕ ਹੈ। ਸ਼ਾਇਦ ਦੁਨੀਆ ਦੇ ਵਿੱਚ ਕੋਈ ਹੋਰ ਇਹੋ ਜਿਹਾ ਮਾਲ ਨਾ ਮਿਲੇ, ਕਿਉਂਕਿ ਇਹ ਸਾਊਥ ਕੋਰੀਆ ਦੀ ਜਿਹੜੀ ਰਾਜਧਾਨੀ ਸਿਓਲ ਦਾ ਗੰਗਨਮ ਏਰੀਆ, ਜਿੱਥੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਮਿਲਦੀਆਂ। ਮੈਂ ਤੁਹਾਨੂੰ ਅੱਗੇ ਇਹਦੀਆਂ ਖਾਸੀਅਤਾਂ ਦਿਖਾਉਣਾ ਇਸ ਲਾਇਬ੍ਰੇਰੀ ਦੀਆਂ, ਕਿ ਇਸ ਲਾਇਬ੍ਰੇਰੀ ਨੂੰ ਇੰਨਾ ਕਿਉਂ ਪ੍ਰਫੁੱਲਿਤ ਕੀਤਾ ਜਾਂਦਾ, ਕਿਉਂਕਿ ਇਹ ਜਿਹੜੇ ਆਪਾਂ ਕਹਿੰਦੇ ਆ ਕੋਰੀਅਨ ਲੋਕ ਆ, ਇਹਨਾਂ ਦੀਆਂ ਸਾਰੀਆਂ ਕਿਤਾਬਾਂ ਤੁਸੀਂ ਦੇਖ ਲਓ, ਠੀਕ ਆ, ਆਪਣੇ ਕਿਤਾਬਾਂ 'ਤੇ ਨਿਗਾਹ ਮਾਰਦੇ, ਇਹਨਾਂ ਨੇ ਸਾਰੀ ਤਰੱਕੀ ਆਪਦੀ ਮਾਤ ਭਾਸ਼ਾ 'ਚ ਕੀਤੀ ਆ। ਸਾਰੀਆਂ ਕਿਤਾਬਾਂ ਜਿਹੜੀਆਂ ਇਹਨਾਂ ਦੀਆਂ, ਇਹਨਾਂ ਦੀ ਭਾਸ਼ਾ ਦੇ ਵਿੱਚ ਹੀ ਤੁਹਾਨੂੰ ਲਿਖੀਆਂ ਮਿਲਣਗੀਆਂ, ਠੀਕ ਹੈ। ਤਾਂ ਕਰਕੇ ਵੀਰੇ ਇਹ ਨਹੀਂ ਹੁੰਦਾ, ਜੇ ਅਸੀਂ ਆਪਦੀ ਪੰਜਾਬੀ ਨੂੰ ਪ੍ਰਫੁੱਲਿਤ ਕਰਾਂਗੇ ਤਾਂ ਤੁਸੀਂ, ਮੈਂ ਕਹਿੰਦਾ, ਅੱਗੇ ਜਾਓਗੇ। ਇਹ ਦੁਨੀਆ ਅੰਗਰੇਜ਼ੀ 'ਤੇ ਨਹੀਂ ਡਿਪੈਂਡ, ਸਾਰੀ ਨੌਲੇਜ 'ਤੇ ਡਿਪੈਂਡ ਆ, ਅਤੇ ਨੌਲੇਜ ਵਾਸਤੇ ਭਾਸ਼ਾ ਕੋਈ ਡਿੱਕਾ ਨਹੀਂ ਹੁੰਦੀ, ਸਗੋਂ ਦੀ ਆਪਦੀ ਭਾਸ਼ਾ ਦੇ ਵਿੱਚ ਵਧੀਆ ਪੜ੍ਹਿਆ ਜਾ ਸਕਦਾ, ਠੀਕ ਹੈ। ਉਹ ਤੋਂ ਬਿਨਾਂ ਜ਼ਿਆਦਾਤਰ ਕੋਰੀਅਨ ਆ, ਉਹ ਤੋਂ ਬਿਨਾਂ ਅੱਡ ਅੱਡ ਦੁਨੀਆਂ ਦੀਆਂ ਭਾਸ਼ਾਵਾਂ ਦੇ ਵਿੱਚ ਵੀ ਤੁਹਾਨੂੰ ਕਿਤਾਬਾਂ ਮਿਲ ਜਾਣਗੀਆਂ। ਦੇਖ ਲਓ ਇਹਨਾਂ ਬੰਦਿਆਂ ਨੇ ਸਹੂਲਤ ਕੀ ਦਿੱਤੀ ਹੈ, ਮੈਂ ਤੁਹਾਨੂੰ ਥੱਲੇ ਦਿਖਾਉਣਾ ਅੱਗੇ ਜਾ ਕੇ, ਐਂ ਕਿਹਾ ਵੀ, ਅਤੇ ਆਹ ਦੇਖ ਲਓ ਵੀ ਸਾਹਮਣੇ ਰੀਡਿੰਗ ਰੂਮ ਬਣੇ ਹੋਏ ਆ, ਠੀਕ ਆ, ਸਾਹਮਣੇ ਸਾਰੇ ਓਪਨ ਟੇਬਲ ਹੈ, ਮੈਗਜ਼ੀਨਾਂ ਅੱਡ ਰੱਖੀਆਂ ਹੋਈਆਂ, ਨਾਲੇ ਆਨੰਦ ਆ, ਇੱਥੇ ਪੜ੍ਹਾਈ ਨੂੰ ਬੋਝ ਨਹੀਂ ਮੰਨਿਆ ਗਿਆ, ਠੀਕ ਆ, ਇਹਨਾਂ ਨੇ ਉਹ ਚੀਜ਼ਾਂ ਖਤਮ ਕਰਤੀਆਂ ਵੀ ਪੜ੍ਹਾਈ ਇੱਕ ਬੋਝ ਹੈ, ਠੀਕ ਆ। ਆਹ ਕਿੰਨਾ ਸੋਹਣਾ ਵਿੱਚ ਵਿਊ ਆ ਯਾਰ, ਇਹਦੇ 'ਚ ਦਿਖਾਇਆ ਗਿਆ ਕਿ ਪੜ੍ਹੋਗੇ ਤਾਂ ਤੁਸੀਂ ਦੁਨੀਆਂ ਦੇ ਵਿੱਚ ਸਭ ਕੁਝ, ਆਪਾਂ ਕਹਿੰਦੇ ਜਿਵੇਂ ਕਹਿੰਦੇ ਨਾ ਪੰਜਾਬੀ 'ਚ, ਕੰਧਾਂ 'ਤੇ ਕੁੱਤੀਆਂ ਚੜ੍ਹਾਉਣਾ, ਇਹਨਾਂ ਨੇ ਜਹਾਜ਼ ਚੜ੍ਹਾ ਦੇ, ਆਪਾਂ ਗੱਲ ਕਰੀਏ ਦਰੱਖਤਾਂ 'ਤੇ, ਠੀਕ ਹੈ। ਇੱਧਰ ਇੱਧਰੋਂ ਜਿਹੜਾ ਐਂਟਰੈਂਸ ਹੈ, ਠੀਕ ਆ, ਐਂਟਰੈਂਸ ਆ, ਵਿੱਚ ਸਟਾਰਬਕਸ ਬਣੇ ਹੋਏ ਆ, ਠੀਕ ਆ, ਚਾਹ ਵਾਲੀਆਂ ਦੁਕਾਨਾਂ ਕਹਿ ਸਕਦੇ ਆਪਾਂ ਇਹਨਾਂ ਨੂੰ, ਠੀਕ ਆ, ਵੀ ਤੁਸੀਂ ਆਪਦਾ ਚਾਹ ਪੀਓ, ਕੌਫੀ ਪੀਓ, ਠੀਕ ਆ, ਤੁਸੀਂ ਘੁੰਮੋ। ਮੰਨ ਲਓ ਜਦੋਂ ਤੁਸੀਂ ਮਾਲ ਦੇ ਵਿੱਚ ਆਓਗੇ ਸਭ ਤੋਂ ਪਹਿਲਾਂ, ਤਾਂ ਐਂਟਰੈਂਸ 'ਤੇ ਤੁਹਾਨੂੰ ਲਾਇਬ੍ਰੇਰੀ ਮਿਲੂਗੀ। ਮਤਲਬ ਬੰਦਾ ਜਦੋਂ ਜਿਹੜੀ ਚੀਜ਼ ਅਸੀਂ ਦਿਖਾਉਣੇ ਆਪਦੇ ਬੱਚਿਆਂ ਨੂੰ, ਹੈ ਨਾ, ਜਿਹੜੀਆਂ ਚੀਜ਼ਾਂ ਦਿਖਾਵਾਂਗੇ ਉਹੀ ਚੀਜ਼ਾਂ ਮਿਲਣਗੀਆਂ। ਜੇ ਆਪਾਂ ਆਪਣੇ ਕੀ ਆ, ਪੰਜਾਬ ਦੇ ਵਿੱਚ ਥਾਂ ਥਾਂ 'ਤੇ ਖੋਲ੍ਹਦੇ ਠੇਕੇ, ਖੱਬੇ ਦਿੰਦੇ ਆ, ਸੱਜੇ ਦਿੰਦੇ ਆ, ਸਾਰੀ ਦਿਹਾੜੀ ਆਰਾਮ ਨਾਲ ਲੱਦੇ ਰਹਿੰਦੇ ਆ, ਠੀਕ ਆ। ਜੇ ਆਪਣੇ ਇੱਦਾਂ ਹੋਵੇ ਕਿਤੇ ਇੱਕ ਲਾਇਬ੍ਰੇਰੀ ਪੰਜਾਬ ਦੇ ਵਿੱਚ ਬਣ ਜੇ, ਜਾਂ ਇੰਡੀਆ ਦੇ ਵਿੱਚ ਇਹੋ ਜਿਹੀ ਲਾਇਬ੍ਰੇਰੀ ਬਣ, ਹੋਰ ਲਾਇਬ੍ਰੇਰੀਆਂ ਬਣਨ, ਤਾਂ ਜਿਹੜਾ ਕਿਤਾਬਾਂ ਨੂੰ ਪ੍ਰਫੁੱਲਿਤ ਹੋਵੇ ਯਾਰ। ਆਹ ਦੇਖ ਲਓ ਤੁਸੀਂ, ਇਹ ਲੋਕ ਆਪਦਾ ਕੰਮ ਧੰਦਾ ਕਰੀ ਜਾਂਦੇ ਆ, ਪੜ੍ਹੀ ਜਾਂਦੇ ਆ, ਠੀਕ ਹੈ। ਇੱਧਰਲੇ ਪਾਸੇ ਬੈਠੇ ਆ, ਇਹ ਰੈਸਟ ਰੂਮ 'ਤੇ ਆ ਇੱਕ ਤਰ੍ਹਾਂ ਦਾ, ਠੀਕ ਆ, ਆਪਦਾ ਮੋਬਾਈਲ ਚਲਾਈ ਜਾਂਦੇ ਆ, ਕੋਈ ਕਿਸੇ ਨੂੰ ਨਹੀਂ ਰੋਕਦਾ, ਮੈਂ ਵੀਡੀਓ ਬਣਾਈ ਜਾਂਦਾ, ਠੀਕ ਆ, ਪੜ੍ਹਨ ਵਾਲੇ ਪੜ੍ਹੀ ਜਾਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਯਾਰ, ਮੈਂ ਕਹਿੰਦਾ ਤੁਸੀਂ ਆਹ ਚੀਜ਼, ਆਹ ਲਾਇਬ੍ਰੇਰੀ ਨਾ ਦੁਨੀਆਂ ਦੀ ਮੇਰੇ ਵਾਸਤੇ ਸਭ ਤੋਂ ਬੈਸਟ ਥਾਂ ਬਾਈ, ਜਿੰਨਾ ਦੁਨੀਆਂ ਦੇਖੀ ਇਹਦੇ ਨਾਲੋਂ ਥੱਲੇ ਥੱਲੇ ਆ, ਕਿਉਂਕਿ ਇਹੋ ਜਿਹਾ ਮਾਹੌਲ ਪੜ੍ਹਾਈ ਦਾ ਸ਼ਾਇਦ ਕਿਤੇ ਨਹੀਂ ਹੋਣਾ। ਅਤੇ ਯਾਰ ਐਂ ਲੱਗਦਾ ਜਿਵੇਂ ਤੁਹਾਨੂੰ ਸਿਨਰੀ ਲੱਗੀ, ਅਸਲ ਦੇ ਵਿੱਚ ਇਹ ਸਾਰੇ ਅਲਮੀਰਾ ਬਣੀਆਂ ਹੋਈਆਂ, ਠੀਕ ਆ, ਦੋ ਦੋ ਮੰਜ਼ਿਲਾਂ 'ਤੇ, ਤਿੰਨ ਤਿੰਨ ਮੰਜ਼ਿਲਾਂ 'ਤੇ। ਸੋ ਮੈਨੂੰ ਇੱਕ ਗੈਰੀ ਲੈ ਕੇ ਆਇਆ, ਕਹਿੰਦਾ ਅੱਜ ਤੁਹਾਨੂੰ ਬਾਈ ਇੱਕ ਚੀਜ਼ ਦਿਖਾ ਕੇ ਲਿਆਵਾਂ ਤੇਰੇ ਦੇਖਣ ਵਾਲੀ ਆ। ਸੋ ਬਾਈ ਬਹੁਤ ਧੰਨਵਾਦ ਇਹ ਭਰਾ ਦਾ, ਅਤੇ ਮੈਂ ਆਸ ਕਰਦਾ ਕਿ ਇਹ ਲਾਇਬ੍ਰੇਰੀ ਜਿਨ੍ਹਾਂ ਨੂੰ ਵਧੀਆ ਲੱਗੀ ਹੈ,
ਠੀਕ ਹੈ, ਅਤੇ ਚਾਹੁੰਦੇ ਆ ਜਿਹੜੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਹੋਰ ਬਣਨ, ਇਹੋ ਜਿਹੀਆਂ ਵੀ ਬਣਨ, ਤਾਂ ਵੀਰੇ ਜ਼ਰੂਰ ਸ਼ੇਅਰ ਕਰੋ। ਜਿੱਡੇ ਜਿੱਡੇ ਆਪਣੇ ਮੌਲ ਹੈ ਉਡੀਆਂ ਉਡੀਆਂ ਤਾਂ ਇਹਨਾਂ ਦੀਆਂ ਲਾਇਬ੍ਰੇਰੀਆਂ ਭਰਾਵੋ, ਕਿੱਥੇ ਮੁਕਾਬਲਾ ਕਰੋਗੇ ਕੋਰੀਅਨ ਦਾ? ਪਹਿਲਾਂ ਪੜ੍ਹਾਈ ਦੇ ਵਿੱਚ ਮੁਕਾਬਲਾ ਹੋਣਾ ਪੈਣਾ, ਕਰਨਾ ਪੈਣਾ, ਅਤੇ ਫਿਰ ਕਿਤੇ ਤੁਸੀਂ ਇੱਥੋਂ ਲੱਗਦਾ ਕਿ ਸੱਚੀ ਮੁੱਚੀ ਹਜੇ ਸਾਡੇ ਦੇਸ਼ ਦੇ ਵਿੱਚ ਵਿਕਾਸ ਦੀ ਬਹੁਤ ਜ਼ਿਆਦਾ ਲੋੜ ਹੈ। ਬਣੇ ਰਹੋ ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਨਾਲ, ਗੁਰਪ੍ਰੀਤ ਕੋਟਲੀ ਯੂਟਿਊਬ ਚੈਨਲ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰੇ।